ਕੈਲਗਰੀ ਕੈਨੇਡਾ ਦੇ ਇੱਕ ਸ਼ਹਿਰ ਵਿੱਚ ਮੈਂ ਕਿਧਰੇ ਕਹਿ ਬੈਠਾ, ਅਕਸ਼ਰੀ ਗਿਆਨ ਇੰਜ ਆਉਂਦਾ ਜਿਵੇਂ ਗੋਦ ਲਿਆ ਬੱਚਾ, ਤੇ ਅਨੁਭਵੀ ਗਿਆਨ ਇਸ ਤਰ੍ਹਾਂ ਹੁੰਦਾ ਜਿਵੇਂ ਕੁੱਖ ਤੋਂ ਜਨਮਿਆ ਬੱਚਾ, 10 ਮਹੀਨੇ ਦਾ ਗਰਭ ਧਾਰਨ ਕੀਤਾ ਇਸਤਰੀ ਨੇ, ਫਿਰ ਉਸ ਨੂੰ ਜਨਮ ਦਿੱਤਾ ਹੈ, ਪ੍ਰਸੂਤ ਦੀ ਪੀੜਾ ਤੋਂ ਲੰਘ ਕੇ, ਇੱਕ ਤੇ ਉਹ ਬੱਚਾ, ਇੱਕ ਉਹ ਬੱਚਾ ਕਿਧਰੋਂ ਗੋਦ ਲੈ ਲਿਆ, ਅਕਸ਼ਰੀ ਗਿਆਨ ਗੋਦ ਲਿਆ ਬੱਚਾ, ਅਨੁਭਵੀ ਗਿਆਨ ਕੁੱਖ ਤੋਂ ਜਨਮਿਆ ਬੱਚਾ, ਇਹ ਦੋਵੇਂ ਇੱਕ ਤਰ੍ਹਾਂ ਨਹੀਂ ਹੋ ਸਕਦੇ। ਰੱਬ ਦੀ ਨੇ ਕੁਝ, ਪ੍ਰਭੂ ਨੇ ਮੇਰਾ ਦਿਮਾਗ ਇਸ ਤਰ੍ਹਾਂ ਚਲਾਇਆ, ਮੈਂ ਘੰਟਾ ਇਸੇ 'ਤੇ ਹੀ ਬੋਲਦਾ ਰਿਹਾ। ਕਮਰੇ 'ਚ ਬੀਬੀ ਇੱਕ ਆ ਗਈ, ਬੱਚਾ ਉਸਦੇ ਕੋਲ, ਬਾਅਦ ਵਿੱਚ ਪਤਾ ਚੱਲਿਆ ਪ੍ਰਿੰਸੀਪਲ ਹੈ। ਮੈਨੂੰ ਕਹਿਣ ਲੱਗੀ, ਮਸਕੀਨ ਜੀ, ਅਸੀਂ ਤਾਂ ਸਮਝਦੇ ਸੀ ਤੁਸੀਂ ਬਹੁਤ ਸਿਆਣੇ ਹੋਵੋਗੇ, ਪਰ ਅੱਜ ਮੈਨੂੰ ਅਫਸੋਸ ਹੋਇਆ। ਮੈਂ ਕਿਹਾ, ਕਿਉਂ? ਤੁਸੀਂ ਕਹਿੰਦੇ ਹੋ ਕੁੱਖ ਤੋਂ ਜਨਮਿਆ ਬੱਚਾ ਅਤੇ ਗੋਦ ਲਿਆ ਬੱਚਾ ਇੱਕ ਨਹੀਂ ਆਉਂਦੇ। ਮੈਂ ਕਿਹਾ, ਨਹੀਂ ਆਉਂਦੇ। ਕਹਿਣ ਲੱਗੀ, ਇਹ ਬੱਚਾ ਜੋ ਮੇਰੇ ਕੋਲ ਹੈ, ਮੈਂ ਗੋਦ ਲਿਆ, ਇਹ ਰੋਂਦਾ, ਮੇਰਾ ਦਿਲ ਰੋਂਦਾ, ਇਹਦੀ ਹਰ ਲੋੜ ਦਾ ਮੈਂ ਖਿਆਲ ਰੱਖਦੀ ਹਾਂ, ਇਹ ਮੈਨੂੰ ਆਪਣੀ ਜਾਨ ਤੋਂ ਵੀ ਪਿਆਰ ਹੈ। ਤੁਸੀਂ ਕਿਸ ਤਰ੍ਹਾਂ ਕਹਿੰਦੇ ਹੋ, ਗੋਦ ਲਿਆ ਬੱਚਾ, ਕੁੱਖ ਤੋਂ ਜਨਮਿਆ ਬੱਚਾ ਇੱਕ ਨਹੀਂ ਆਉਂਦਾ। ਮੈਂ ਕਿਹਾ, ਹੱਦ ਹੋ ਗਈ, ਪੁਰਸ਼ ਸਰੀਰ ਹੁੰਦਿਆਂ ਹੋਇਆਂ ਵੀ ਮੈਨੂੰ ਅਨੁਭਵ ਹੈ ਕੁੱਖ ਜਨਮਿਆ ਬੱਚਾ, ਗੋਦ ਲਿਆ ਬੱਚਾ ਇੱਕ ਨਹੀਂ ਆਉਂਦਾ, ਪਰ ਤੂੰ ਇਸਤਰੀ ਦਾ ਤਨ ਰੱਖ ਕੇ ਵੀ ਇਹ ਬੋਧ ਨਹੀਂ ਰੱਖਦੀ। ਮੈਨੂੰ ਅਫਸੋਸ ਹੈ ਇਸ ਗੱਲ 'ਤੇ, ਮੈਨੂੰ ਤਾਂ ਇਸ ਗੱਲ 'ਤੇ ਅਫਸੋਸ ਹੈ। ਕਹਿਣ ਲੱਗੇ, ਮੈਨੂੰ ਸਪਸ਼ਟ ਕਰਕੇ ਦੱਸੋ। ਜਿਵੇਂ ਟੀਚਰਾਂ ਅਤੇ ਪ੍ਰਿੰਸੀਪਲਾਂ ਦੀ ਆਦਤ ਹੁੰਦੀ, ਹਰ ਇੱਕ ਨੂੰ ਬੱਚਾ ਹੀ ਸਮਝਣ ਲੱਗ ਪੈਂਦਾ, ਪੜ੍ਹਾਉਂਦੇ ਪੜ੍ਹਾਉਂਦੇ ਨਾ ਹਰ ਇੱਕ ਬੁੱਢੇ ਨੂੰ ਵੀ ਬੱਚਾ ਸਮਝਣ ਲੱਗ ਪੈਂਦੇ ਨੇ, ਅਤੇ ਡਾਂਟ ਕੇ ਗੱਲ ਕਰਨਾ ਆਦਤ ਬਣ ਜਾਂਦੀ ਹੈ। ਸਪਸ਼ਟ ਕਰਕੇ ਦੱਸੋ। ਦੋ ਚਾਰ ਦਲੀਲਾਂ ਨਾਲ ਮੈਂ ਸਪਸ਼ਟ ਕੀਤਾ। ਕਹਿਣ ਲੱਗੇ, ਆਪਣੀ ਤਸੱਲੀ ਨਹੀਂ ਹੋਈ। ਅਤੇ ਮੈਂ ਕਿਹਾ, ਠੀਕ ਹੈ, ਹੁਣ ਤੀਰ ਕਮਾਨ ਨਾਲ ਗੱਲ ਨਹੀਂ ਬਣੀ, ਤਲਵਾਰ ਨਾਲ ਗੱਲ ਨਹੀਂ ਬਣੀ, ਇਹ ਤੋਪ ਹੀ ਚਲਾਉਣੀ ਪੈਣੀ ਹੈ। ਮੈਂ ਗੱਲ ਸਾਰੀ ਹੈ, ਮੈਂ ਕਿਹਾ, ਦੇਖੋ, ਕੁੱਖ ਜਨਮਿਆ ਬੱਚਾ, ਗੋਦ ਲਿਆ ਬੱਚਾ, ਅੰਤਰ ਹੈ। ਇੱਕ ਬੱਚਾ ਮਾਂ ਨੇ ਆਪਣੀ ਕੁੱਖ ਤੋਂ ਜਨਮ ਦਿੱਤਾ, ਪਰਸੋਂ ਪੀੜਾ ਸਹਾਰ ਕੇ, ਉਹ ਬੱਚਾ ਥੋੜ੍ਹਾ ਜਿਹਾ ਵੱਡਾ ਹੋ ਕੇ ਔਗਣਹਾਰਾ ਹੈ, ਗਲਤੀਆਂ ਕਰਦਾ ਹੈ, ਮਾਂ ਉਹਦੇ ਔਗਣਾਂ 'ਤੇ ਪੜਦਾ ਪਾਉਂਦੀ ਹੈ, ਦੂਜੇ ਨੂੰ ਨਾ ਪਤਾ ਚੱਲੇ, ਛੁਪਾਉਂਦੀ ਹੈ, ਬੱਚੇ ਨੂੰ ਛੁਪਾਉਂਦੀ ਹੈ, ਬੱਚੇ ਦੇ ਔਗਣਾਂ ਨੂੰ ਛੁਪਾਉਂਦੀ ਹੈ, ਉਹਦੇ ਔਗਣਾਂ 'ਤੇ ਪੜਦਾ ਪਾਉਂਦੀ ਹੈ, ਪੜੋਸੀਆਂ ਨੂੰ ਨਾ ਪਤਾ ਚੱਲੇ ਮੇਰਾ ਬੱਚਾ ਐਸਾ ਹੈ, ਬਰਾਦਰੀ ਨੂੰ ਨਾ ਪਤਾ ਚੱਲੇ ਮੇਰਾ ਬੱਚਾ ਐਸਾ ਹੈ, ਰੱਖਦੀ ਹੈ, ਉਹਦੇ ਔਗਣਾਂ 'ਤੇ ਪੜਦਾ ਪਾਉਂਦੀ ਹੈ। ਅਤੇ ਮੈਂ ਕਿ ਜਿਹੜਾ ਕੁੱਖ ਗੋਦ ਲਿਆ ਬੱਚਾ ਹੈ ਨਾ, ਕਿਧਰੇ ਵੱਡਾ ਹੋ ਕੇ ਮਾਂ ਬਾਪ ਨੂੰ ਤੰਗ ਕਰਨ ਲੱਗ ਪਵੇ, ਕੁੱਲ ਨੂੰ ਕਲੰਕਿਤ ਕਰਨ ਲੱਗ ਪਵੇ, ਘਰ ਨੂੰ ਦਾਗੀ ਕਰਨ ਲੱਗ ਪਵੇ, ਉਹੀ ਮਾਂ ਜਿਸਨੇ ਗੋਦ ਲਿਆ ਹੈ ਉਹੀ ਆਖੇਗੀ, ਕਿਸ ਦਾ ਗੰਦਾ ਖੂਨ ਸੀ ਮੈਂ ਚੁੱਕ ਲਿਆਂਦਾ। ਯਕੀਨ ਜਾਣੋ, ਅਜੇ ਮੈਂ ਕੁਝ ਹੋਰ ਕਹਿਣੇ ਸਨ ਸਖਤ ਲਫ਼ਜ਼, ਬੱਚਾ ਚੁੱਕ ਕੇ ਚਲੀ ਗਈ। ਮੈਂ ਕਿਹਾ, ਠੀਕ ਹੈ, ਝੰਝਟ ਮੁੱਕਿਆ। ਗੋਦ ਲਿਆ ਬੱਚਾ, ਕੁੱਖ ਤੋਂ ਜਨਮਿਆ ਬੱਚਾ ਇੱਕ ਨਹੀਂ ਆਉਂਦਾ। ਅਕਸ਼ਰੀ ਗਿਆਨ
ਅਨੁਭਵੀ ਗਿਆਨ ਇੱਕ ਨਹੀਂ ਆਉਂਦਾ। ਅਕਸ਼ਰੀ ਗਿਆਨ ਨਾਲ ਜ਼ਿੰਦਗੀ ਚੱਲਦੀ ਤੇ ਹੈ, ਬਦਲਦੀ ਨਹੀਂ। ਅਨੁਭਵੀ ਗਿਆਨ ਨਾਲ ਜ਼ਿੰਦਗੀ ਬਦਲ ਜਾਂਦੀ, ਜੀਵਨ ਬਦਲ ਜਾਂਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲ ਅਨੁਭਵੀ ਗਿਆਨ ਹੈ।